ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਖਬਰਾਂ ਦਾ ਵੇਲਾ ਹੋ ਗਿਆ ਜਿੱਤੇ ਅਸੀਂ ਹਾਜ਼ਰ ਆ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰ ਬੇਸ਼ੱਕ ਉਹ ਇਸ ਵੇਲੇ ਫੇਸਬੁੱਕ ਨਾਲ ਜੁੜੇ ਆ YouTube ਦੇ ਰਾਹੀਂ ਜਾਂ ਰੇਡੀਓ ਦੇ ਮਾਧਿਅਮ ਦ ਰਾਹੀਂ ਜੁੜੇ ਹੋਏ ਆ ਸਭ ਨੂੰ ਪਿਆਰ ਭਰੀ ਤਨਕੀ ਸਤਿ ਸ਼੍ਰੀ ਅਕਾਲ ਜੀ ਸਣ ਸਭ ਤੋਂ ਪਹਿਲਾਂ ਤਾਂ ਵਿਕਰਮ ਜੀਠਿਆ ਹੋਰਾਂ ਦੀ ਗੱਲ ਕਰਦੇ ਆਂ ਜੀ ਜਿਨ੍ਹਾਂ ਨੇ ਇਸ ਵੇਲੇ ਸਿਆਸਤ ਨੂੰ ਪੂਰੀ ਤਰ੍ਹਾਂ ਦੇ ਨਾਲ ਹਿਲਾਇਆ ਹੋਇਆ ਹੈ ਸਿਆਸਤ ਦੇ ਵਿੱਚ ਇੱਕ ਨਵੀਂ ਚਰਚਾ ਛੇੜੀ ਹੋਈ ਆਪਾਂ ਪਹਿਲਾਂ ਵੀ ਸਾਡੇ ਵਾਲਾ ਰੇਡੀਓ ਦੇ ਉੱਪਰ ਇਸ ਖਬਰ ਦੇ ਬਾਬਤ ਗੱਲਬਾਤ ਕਰ ਚੁੱਕੇ ਆ ਕਿ ਇੱਕ ਪੈਨ ਡਰਾਈਵ ਨੂੰ ਦਿਖਾ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸੇ ਮੰਤਰੀ ਦੀ ਕਰਤੂਤ ਹੈ ਇਸ ਪੈਨ ਡਰਾਈਵ ਦੇ ਵਿੱਚ ਤੇ ਉਹ ਉਸ ਬਾਬਤ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨਗੇ ਪਰ ਇਸ ਮਾਮਲੇ ਦੇ ਵਿੱਚ ਕੀ ਕੋਈ ਨਵੀਂ ਅਪਡੇਟ ਹੈ ਜੀ ਦੇਖੋ ਜੀ ਉਹਨਾਂ ਨੇ ਇਹ ਪੈਨ ਡਰਾਈਵ ਆ ਜਿਹੜੀ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਵੱਲ ਭੇਜਤੀ ਆ ਜਾਂ ਕਹਿ ਲਈਏ ਸੀਐਮ ਹਾਊਸ ਦੇ ਵੱਲ ਭੇਜਤੀ ਆ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਤੇ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਵਿਛੜੀ ਆ ਤੇ ਪੰਜਾਬ ਦੇ ਲੋਕਾਂ ਦੇ ਮੂੰਹ ਦੇ ਵਿੱਚੋਂ ਵੀ ਇਹੀ ਸ਼ਬਦ ਨਿਕਲਦੇ ਵੀ ਪਤਾ ਨਹੀਂ ਕਿਹੜਾ ਮੰਤਰੀ ਹੋਊਗਾ ਪਤਾ ਨਹੀਂ ਕਿਹੜੀਆਂ ਜਣਾਂ ਦੇ ਵਿੱਚ ਇਹ ਪੈਨ ਡਰੈ ਬੈਠੀ ਹੋਊਗੀ ਪਤਾ ਨਹੀਂ ਕਿਹਨੇ ਕਿਹਦੇ ਨਾਲ ਕੀ ਕੀਤਾ ਹੈਗਾ ਪਤਾ ਨਹੀਂ ਕੀ ਹੋ ਗਿਆ ਤੇ ਕੀ ਨਹੀਂ ਹੋ ਗਿਆ ਲੋਕਾਂ ਦੇ ਮਨ ਦੇ ਵਿੱਚ 100 ਤਰ੍ਹਾਂ ਦੇ ਤੋਖਲੇ ਤੇ ਲੋਕਾਂ ਦੇ ਮਨਾਂ ਵਿੱਚ 100 ਤਰ੍ਹਾਂ ਦੇ ਸਵਾਲ ਆ ਪਰ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਭਾਈ ਜਿਹੜਾ ਵੀ ਮੰਤਰੀ ਹੋਇਆ ਉਸ ਮੰਤਰੀ ਦੀਆਂ ਜੜ੍ਹਾਂ ਦੇ ਵਿੱਚ ਇਹ ਵੀਡੀਓ ਬੈਠ ਜਾਣੀ ਆ ਤੇ ਇਸ ਮਾਮਲੇ ਦੇ ਉੱਤੇ ਹੁਣ ਰਾਜਨੀਤੀ ਛਿੜਪੀ ਆ ਇਹ ਰਾਜਨੀਤੀ ਦਾ ਹਲੇ ਟ੍ਰੇਲਰ ਆ ਇਹ ਰਾਜਨੀਤੀ ਤਾਂ ਹਲੇ ਬਹੁਤ ਵੱਡੇ ਪੱਧਰ ਤੇ ਛਿੜਨੀ ਆ ਤੁਸੀਂ ਦੇਖੋ ਆਉਂਦੇ ਸਮੇਂ ਦੇ ਵਿੱਚ ਇਸ ਰਾਜਨੀਤੀ ਨੇ ਮੋੜ ਕਿਹੜੇ-ਘੜੇ ਕੱਟਣੇ ਆ ਪੰਜਾਬ ਦੇ ਵਿੱਚ ਭਾਜਪਾ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਸੁਨੀਲ ਜਾਖੜ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਸ ਮੰਤਰੀ ਦੇ ਉੱਤੇ ਕਾਰਵਾਈ ਕਰਨ ਜਿਹਦੀ ਇਹ ਪਿੰਡ ਡਰਾਈਵ ਆ ਜੀਨੇ ਵੇਰਵੇ ਆ ਇਸ ਪੈਨ ਡਰਾਈਵ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਉਸ ਮੰਤਰੀ ਦੇ ਬਾਰੇ ਪੜਤਾਲ ਹੋਣੀ ਚਾਹੀਦੀ ਆ ਉਸ ਮੰਤਰੀ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਹੜਾ ਵੀ ਮੰਤਰੀ ਇਹਦੇ ਵਿੱਚ ਹੈਗਾ ਉਹਨਾਂ ਨੇ ਕਿਹਾ ਜੀ ਕਿ ਜੇਕਰ ਇਹ ਉਸ ਮੰਤਰੀ ਦੇ ਬਾਰੇ ਇਹਦੇ ਵਿੱਚ ਲਈ ਗੱਲ ਨਸ਼ਰ ਨਹੀਂ ਕੀਤੀ ਜਾਂਦੀ ਉਹਦੇ ਉੱਤੇ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਵਿਰੋਧੀ ਧਿਰਾਂ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਬਹੁਤ ਵੱਡਾ ਮੁੱਦਾ ਇਹ ਬਣਾਇਆ ਜਾਊਗਾ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਮਸਲੇ ਦੇ ਉੱਤੇ ਉਹਨਾਂ ਨੇ ਕਿਹਾ ਜੀ ਕਿ ਐਕਸ਼ਨ ਲਿਆ ਜਾਊਗਾ ਹੁਣ ਲੋਕਾਂ ਦੇ ਮਨ ਵਿੱਚ ਸਵਾਲ ਇਹ ਆ ਵੀ ਇੱਕ ਕੰਮ ਦੇ ਬਦਲੇ ਕੋਈ ਜ਼ਿਆਰਤ ਕਿਸੇ ਨਾਲ ਕੀਤੀ ਗਈ ਆ ਜਾਂ ਕਿਸੇ ਦੇ ਕੋਈ ਹੋਰ ਪੁੱਠੇ ਸਿੱਧੇ ਕਾਰਨਵੇਂ ਇਹਦੇ ਵਿੱਚ ਦਰਜ ਆ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਆ ਵੀ ਕੀ ਇਹ 224 ਤੱਕ ਗੱਲ-ਲ ਮੁਕਾਲਮਾ ਕਰਕੇ ਫਿਰ ਵੀਡੀਓ ਤੇ ਨਾ ਨਸ਼ਰ ਕੀਤਾ ਜਾਊਗਾ ਜਾਂ ਭਗਵੰਤਮਾਨ ਸਰਕਾਰ ਉਸ ਤੋਂ ਪਹਿਲਾਂ ਕਾਰਵਾਈ ਕਰੋਗੀ ਲੋਕਾਂ ਦੇ ਮਨਾਂ ਵਿੱਚ ਸਵਾਲ ਇਹ ਆ ਵੀ ਆਮ ਆਰਮੀ ਪਾਰਟੀ ਨੂੰ ਲੈਡ ਬੂ ਇਹ ਵੀਡੀਓ ਜਾਂ ਫਿਰ ਇਸ ਵੀਡੀਓ ਦੇ ਉੱਤੇ ਵੀ ਜਿਹੜਾ ਉਹ ਪੱਲਾ ਪਾਲਿਆ ਜਾਣਾ ਇਸ ਵੀਡੀਓ ਦੇ ਉੱਤੇ ਵੀ ਪਰਦਾ ਪਾਲਿਆ ਜਾਣਾ ਜਿਵੇਂ ਕਿ ਇਸ ਤੋਂ ਪਹਿਲਾਂ ਘਟਾਰੂ ਚੱਕ ਵਾਲਾ ਕਿੱਥੇ ਤੋਂ ਮੁੱਦਾ ਉਛੜਿਆ ਸੀ ਤੇ ਕੇਸ਼ਵ ਦੇ ਮਾਮਲੇ ਦੇ ਵਿੱਚ ਕਿਹਾ ਗਿਆ ਸੀ ਵੀ ਭਾਈ ਉਸ ਮੁੰਡੇ ਦੇ ਕਾਰਵਾਈ ਨਹੀਂ ਕਰਵਾਉਣੀ ਤੇ ਉਹਨੇ ਸ਼ਿਕਾਇਤ ਵਾਪਸ ਲੈ ਲਈਆ ਸੋ ਬਹੁਤ ਸਾਰੇ ਸਵਾਲ ਨੇ ਲੋਕਾਂ ਦੇ ਮਨਾਂ ਦੇ ਵਿੱਚ ਆਉਣ ਵਾਲਾ ਸਮਾਂ ਤੈਅ ਕਰੂਗਾ ਵੀ ਭਾਈ ਕਿਹੜੀਆਂ ਜੜਾਂ ਦੇ ਵਿੱਚ ਕੌਣ ਕੀ ਬੈਠਦਾ ਪਰ ਅਗਲੀ ਗੱਲ ਇਹ ਆ ਵੀ ਇਸ ਵੇਲੇ ਪੰਜਾਬ ਦੇ ਵਿੱਚ ਮੁੱਦਿਆਂ ਦੀ ਹੋਰ ਦੀ ਬਹੁਤ ਵੱਡੀ ਲੋੜ ਹੈ ਪਰ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਵਸਾਈ ਜਾ ਰਹੀ ਹੈ ਵੀ ਨੀਲੀ ਵੀਡੀਓ ਤੋਂ ਬਿਨਾ ਪੰਜਾਬ ਦਾ ਮੁੱਦਾ ਵੀ ਕੋਈ ਹੋਰ ਹੈ ਨਹੀਂ ਅੱਜ ਪੰਜਾਬ ਦੀ ਇੱਕ ਰਿਪੋਰਟ ਪਾਣੀ ਦੇ ਮੁੱਦੇ ਤੇ ਆਈ ਆ ਪੰਜਾਬ ਦੇ ਵਿੱਚ ਹਰ ਰੋਜ਼ ਪ੍ਰਦੂਸ਼ਣ ਦੇ ਮੁੱਦੇ ਦੀ ਰਿਪੋਰਟ ਆਉਂਦੀ ਹੈ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਮੁੱਦੇ ਦੀ ਰਿਪੋਰਟ ਆਉਂਦੀ ਹੈ ਉਹ ਮੁੱਦੇ ਇਸ ਮੁੱਦੇ ਨਾਲੋਂ ਗੰਭੀਰ ਆ ਪਰ ਉਹਨਾਂ ਮੁੱਦਿਆਂ ਦੇ ਵੱਲ ਗੌਰ ਕਰਨ ਦੀ ਥਾਂ ਦੇ ਉੱਤੇ ਇੱਕ ਵੀਡੀਓ ਕੱਢ ਲਈ ਜਾਂਦੀ ਹੈ ਮੈਂ ਨਹੀਂ ਕਹਿੰਦਾ ਵੀ ਪਾਈਏ ਵੀਡੀਓ ਸਾਹਮਣੇ ਲਿਆਉਣ ਵਾਲੇ ਗਲਤ ਆ ਕਿਉਂਕਿ ਜਿਨੇ ਕਰਤੂਤ ਕਰਨ ਤੋਂ ਗਰੇਜ਼ ਨਹੀਂ ਕੀਤਾ ਤਾਂ ਉਹਦੀ ਕਰਤੂਤ ਨਸ਼ਰ ਕਰਨ ਤੋਂ ਗਰੇਜ਼ ਕੌਣ ਕਰੂਗਾ ਨਾਲੇ ਰਾਜਨੀਤਿਕ ਲੋਕ ਕੀ ਦੇ ਸਕੇ ਹੁੰਦੇ ਆ ਕੌਣ ਕਿਦੇ ਬਾਰੇ ਸੋਚਦਾ ਜਦੋਂ ਆਮ ਆदमी ਪਾਰਟੀ ਵਾਲਿਆਂ ਨੂੰ ਮੌਕਾ ਮਿਲਦਾ ਉਹ ਵੀ ਤਾਂ ਪੁਰਾਣਿਆਂ ਦੇ ਬਾਰੇ ਸੋਚਦੇ ਨਹੀਂ ਤੇ ਜਦੋਂ ਪੁਰਾਣਿਆਂ ਦੇ ਹੱਥ ਦੇ ਵਿੱਚ ਕੋਈ ਇਹੋ ਜਿਹਾ ਕਾਰਨਾਮਾ ਆਇਆ ਹੋਊਗਾ ਤੇ ਉਹਨਾਂ ਨੇ ਵੀ ਕਿਹੜਾ ਸੋਚਣਾ ਸੋ ਵੈਨੇ ਆ ਪਾਈ ਇਹ ਵੀਡੀਓ ਕਿਹੜੀਆਂ ਜੜਾਂ 'ਚ ਬੈਠਦੀ ਆ ਵੈਨੇ ਆ ਪਾਈ ਕਿਹੜੇ ਮੰਤਰੀ ਦੀ ਛੁੱਟੀ ਹੁੰਦੀ ਆ ਜਾਂ ਫਿਰ ਉਸ ਮੰਤਰੀ ਨੂੰ ਬਚਾਉਣ ਦੇ ਲਈ ਆਪਣੀ ਇੱਜ਼ਤ ਬਚਾਉਣ ਦੇ ਲਈ ਉਸ ਮੰਤਰੀ ਦੇ ਉੱਤੇ ਦੜਜੀ ਵੱਟ ਕੇ ਬਹਿ ਜਾਊਗੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇਂ ਨੇ ਸਾਰੀ ਕਹਾਣੀ ਆਪਣੇ ਆਪ ਬਿਆਨ ਕਰ ਦੇਣੀ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਕੇ ਸਮੇਂ ਨੇ ਸਾਰੀ ਕਹਾਣੀ ਬਿਆਨ ਕਰ ਦੇਣੀ ਹੈ ਪਰ ਕਿਤਨਾ ਕਿਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਜ਼ਰੂਰ ਹੈ ਕਿ ਜੇਕਰ ਕਿਸੇ ਵੀ ਸਿਆਸਤਦਾਨ ਦੇ ਕੋਲ ਦੂਜੀ ਪਾਰਟੀ ਦਾ ਕੋਈ ਵੀਕ ਪੁਆਇੰਟ ਆਇਆ ਹੋਵੇ ਤਾਂ ਉਹ ਮੈਂਟ ਨਹੀਂ ਲਾਉਂਦਾ ਨਾ ਨਸ਼ਰ ਕਰਨ ਲੱਗਿਆ ਤਾਂ ਆਖਰਕਾਰ ਵਿਕਰਮਜੀਠਿਆ ਹੋਰੀ ਸ਼ਰੇਆਮ ਨਾਮ ਕਿਉਂ ਨਹੀਂ ਲੈ ਰਹੇ ਲੋਕੇ ਸਵਾਲ ਕਰ ਰਹੇ ਨੇ ਕਿ ਜੇਕਰ ਵਾਕਈ ਉਹਨਾਂ ਦੇ ਕੋਲ ਕੋਈ ਸਬੂਤ ਹੈ ਜੇਕਰ ਵਾਕਈ ਉਹਨਾਂ ਦੇ ਕੋਲ ਕੋਈ ਵੀਡੀਓ ਹੈ ਤਾਂ ਸ਼ਰੇਆਮ ਉਹ ਕਿਉਂ ਗੁਰੇਜ਼ ਕਰ ਰਹੇ ਨੇ ਉਸ ਨਾਮ ਨੂੰ ਲੈਣ ਤੋਂ ਉਸ ਵੀਡੀਓ ਨੂੰ ਨਸ਼ਰ ਕਰਨ ਤੋਂ ਦੇਖੋ ਜੀ ਇਹ ਗੱਲ ਤਾਂ ਬੜੀ ਮਹੱਤਵਪੂਰਨ ਇਹ ਆ ਵੀ ਇਹ ਨਾਂ ਲੈਣ ਤੋਂ ਗਰੇਜ਼ ਕੀਤਾ ਜਾ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਇਹ ਬਿਲਕੁਲ ਓਵੇਂ ਆ ਕਹਾਣੀ ਜਿਵੇਂ ਕਿ ਨਾ ਫਿਲਮ ਤੋਂ ਪਹਿਲਾਂ ਇੱਕ ਟ੍ਰੇਲਰ ਟੀਜ਼ਰ ਆਉਂਦਾ ਫਿਰ ਉਹਦਾ ਫਿਲਮ ਦਾ ਕੋਈ ਗਾਣਾ ਆ ਜਾਂਦਾ ਫਿਰ ਫਿਲਮ ਦਾ ਟ੍ਰੇਲਰ ਆਉਂਦਾ ਫਿਰ ਫਿਲਮ ਦੀਆਂ ਹੋਰ ਮੁੱਖ ਝਲਕਾਂ ਆਉਂਦੀਆਂ ਤੇ ਫਿਰ ਮੁਕੰਮਲ ਫਿਲਮ ਰਿਲੀਜ਼ ਹੁੰਦੀ ਆ ਪੰਜਾਬ ਦੀ ਤੇ ਦੇਸ਼ ਦੀ ਰਾਜਨੀਤੀ ਦੇ ਵਿੱਚ ਵੀ ਪੜਾਵਾਂ ਦੇ ਵਿੱਚ ਦੋਸ਼ ਲੱਗਦੇ ਹੁਣ ਵੀ ਪਹਿਲਾਂ ਇਹਦੀ ਆ ਚੀਜ਼ ਰਿਲੀਜ਼ ਕਰਤੀ ਤੇ ਫਿਰ ਕਰਤੀ ਆ ਫਿਰ ਅਸੀਂ ਆ ਕਰਤੀ ਤੇ ਫਿਰ ਕਰਤੀ ਆ ਵੀ ਖਬਰ ਲੰਮਾ ਸਮਾਂ ਚੱਲੇ ਤੇ ਚਰਚਾ ਉਸ ਬੰਦੇ ਦੀ ਲੰਮਾ ਸਮਾਂ ਪੰਜਾਬ ਦੇ ਲੋਕਾਂ ਦੇ ਵਿੱਚ ਹੁੰਦੀ ਰਹੇ। ਸੋ ਅੱਜਕੱਲ ਪੰਜਾਬ ਦੀ ਤੇ ਦੇਸ਼ ਦੀ ਰਾਜਨੀਤੀ ਦਾ ਟ੍ਰੈਂਡ ਇਹ ਬਣ ਗਿਆ। ਪਰ ਮੇਰੀ ਇੱਕ ਨਿੱਜੀ ਤੌਰ ਦੇ ਉੱਤੇ ਬੇਨਤੀ ਆ ਰਾਜਨੀਤਿਕ ਲੋਕਾਂ ਨੂੰ ਤੁਸੀਂ ਲੋਕਾਂ ਦੇ ਰੋਲ ਮਾਡਲ ਹੋ। ਤੁਹਾਡੇ ਪਿੱਛੇ ਲੋਕ ਸਿਰ ਪਾੜਦੇ ਇੱਕ ਦੂਜੇ ਦੇ। ਤੁਹਾਡੇ ਪਿੱਛੇ ਦੁਸ਼ਮਣੀਆਂ ਪੈਂਦੀਆਂ। ਤੁਹਾਡੇ ਪਿੱਛੇ ਪਰਚੋ ਪਰਚੀ ਹੁੰਦੇ ਆ। ਤੁਹਾਡੇ ਪਿੱਛੇ ਬੋਲ ਬਾਣੀਆਂ ਬੰਦ ਹੁੰਦੀਆਂ। ਲੋਕ ਕਦੇ ਕਿਹੜੀ ਪਾਰਟੀ ਦੇ ਹੋ ਜਾਂਦੇ ਆ ਕਦੇ ਕਿਹੜੀ ਪਾਰਟੀ ਦੇ ਹੋ ਜਾਂਦੇ ਆ ਪਰ ਜਿਹੜੇ ਲੋਕ ਤੁਹਾਡੇ ਪਿੱਛੇ ਲੜਦੇ ਆ ਜਿਨ੍ਹਾਂ ਨੂੰ ਤੁਸੀਂ ਕਦੇ ਦਸੇ ਬਿਣੀ ਪਾਰਟੀ ਬਦਲ ਜਾਂਦੇ ਆ ਤੁਸੀਂ ਆਪ ਦਾ ਸੂਤ ਲਾਇਆ ਹਮੇਸ਼ਾ ਲੋਕਾਂ ਦਾ ਸੂਤ ਤਾਂ ਕਦੇ ਲੱਗਾ ਹੀ ਨਹੀਂਗਾ ਸੋ ਇਸ ਕਰਕੇ ਜਦੋਂ ਤੁਸੀਂ ਇਹੋ ਜਿਹਾ ਕੋਈ ਕਾਂਡ ਕਰਦੇ ਹੋ ਮਾੜੀ ਚੰਗੀ ਕਰਤੂਤ ਕਰਦੇ ਹੋ ਭਾਵੇਂ ਭ੍ਰਿਸ਼ਟਾਚਾਰ ਨਾਲ ਜੁੜੀ ਆ ਭਾਵੇਂ ਕਿਸੇ ਦੇ ਉੱਤੇ ਪਰਚਾ ਦਰਜ ਕਰਵਾਉਣ ਨਾਲ ਜੁੜੀ ਆ ਭਾਵੇਂ ਤੁਹਾਡੀ ਨੀਲੀ ਵੀਡੀਓ ਨਾਲ ਜੁੜੀ ਆ ਮਾੜਾ ਮੋਟਾ ਸੋਚਿਆ ਕਰੋ ਕਿ ਜਿਹੜੇ ਲੱਖਾਂ ਲੋਕ ਬੂਰਖਾ ਵਾਂਗੂ ਲਗਰ ਮਗਰ ਫਿਰਦੇ ਆ ਉਹਨਾਂ ਦੇ ਵਿੱਚੋਂ ਕਿੰਨੇ ਲੋਕਾਂ ਦੇ ਉੱਤੇ ਬਹੁਤ ਮਾੜਾ ਅਸਰ ਜਾਂਦਾ ਤੁਹਾਡਾ ਕਿੰਨੇ ਲੋਕ ਆ ਜਿਹੜੇ ਉਹ ਤੁਸੀਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚੋਂ ਡਿੱਗ ਪੈਨੇ ਆ ਸੋ ਇਸ ਕਰਕੇ ਸੋਚਣਾ ਵਿਚਾਰਨਾ ਬਣਦਾ ਹਾਲੇ ਤੱਕ ਕਦੇ ਸੋਚਿਆ ਨਹੀਂ ਗਿਆ ਵੇਨੇ ਕਦੋਂ ਸੋਚਿਆ ਜਾਊਗਾ ਜੀ ਬਿਲਕੁਲ ਟਾਣਾ ਸਾਹਿਬ ਅਗਲੀ ਜਿਹੜੀ ਖਬਰ ਆਪਾਂ ਸਾਂਝੀ ਕਰਨੀ ਹੈ ਇਹ ਖਬਰ ਚਿੰਤਾ ਨੂੰ ਵਧਾਉਣ ਵਾਲੀ ਹੈ ਇਹ ਖਬਰ ਟੈਨਸ਼ਨ ਦੇਣ ਵਾਲੀ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹ ਖਬਰ ਵੀ ਬਾਕੀ ਖਬਰਾਂ ਜਿਨਾਂ ਥੋੜੇ ਦਿਨਾਂ ਦਾ ਮੁੱਦਾ ਰਹਿ ਜਾਊ ਮੈਨੂੰ ਇਹ ਚੰਗੀ ਤਰ੍ਹਾਂ ਲੱਗਦਾ ਟਾਣਾ ਸਭ ਕੇ ਲੋਕਾਂ ਨੇ ਇਸ ਗੱਲ ਦੇ ਵੱਲ ਖਬਰ ਸੁਣਨ ਤੋਂ ਬਾਅਦ ਵੀ ਖਿਆਲ ਨਹੀਂ ਕਰਨਾ ਲੋਕਾਂ ਨੇ ਸੁਧਾਰ ਨਹੀਂ ਕਰਨਾ ਕਿਉਂਕਿ ਪਹਿਲਾਂ ਵੀ ਬਹੁਤ ਵਾਰ ਇਹੋ ਜਿਹੀਆਂ ਰਿਪੋਰਟਾਂ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ ਪਰ ਲੋਕਾਂ ਨੇ ਕੋਈ ਖਿਆਲ ਨਹੀਂ ਕੀਤਾ ਹੁਣ ਜਿਹੜੀ ਰਿਪੋਰਟ ਦੀ ਮੈਂ ਗੱਲ ਕਰ ਰਹੀ ਆ ਉਹਦੇ ਬਾਬਤ ਆਪਾਂ ਅੱਗੇ ਵਿਚਾਰ ਪੇਸ਼ ਕਰਦੇ ਆ ਕਿ ਪੰਜਾਬ ਦੇ ਲੋਕ ਕਹਿੰਦੇ ਪੰਜਾਬ ਜਿਹਦਾ ਨਾਂ ਹੀ ਪਾਣੀਆਂ ਦੇ ਉੱਪਰ ਐ ਉਸ ਪੰਜਾਬ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸਣਗੇ ਬਿਲਕੁਲ ਜੀ ਬਿਲਕੁਲ ਇਹ ਤੁਹਾਡੀ ਬੜੀ ਜਿਹੜੀ ਗੱਲ ਦੱਸੇ ਤੁਸੀਂ ਇਹ ਬੜੀ ਸੋਚਣ ਵਾਲੀ ਆ ਬੜੀ ਦਰਦਨਾਕ ਮੈਂ ਗੱਲ ਮੰਨਦਾ ਉਹਦਾ ਕਾਰਨ ਇਹ ਆ ਵੀ ਪੰਜਾਬ ਦੇ ਵਿੱਚ ਇਸ ਵੇਲੇ ਸਥਿਤੀ ਐ ਜਿਹੜੀ ਉਹ ਚਿੰਤਾ ਜਨਕ ਬਣੀ ਪਈ ਆ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਦੇ ਲਈ ਪੰਜਾਬ ਦੀ ਹਰਿਆਲੀ ਨੂੰ ਬਚਾਉਣ ਦੇ ਲਈ ਕਦੇ ਵੀ ਕੁਝ ਨਹੀਂ ਕੀਤਾ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਦਰਖਤ ਵਧਣ ਦੇ ਵਿੱਚ ਅਸੀਂ ਮਾਣ ਮਹਿਸੂਸ ਕਰਦੇ ਹਾਂ ਤੇ ਜਦੋਂ ਮਰਦੇ ਆ ਸਾਨੂੰ ਫੂਕਣ ਦੇ ਉੱਤੇ ਇੱਕ ਦਰਖਤ ਲੱਗ ਜਾਂਦਾ ਪਰ ਅਸੀਂ ਲਾਏ ਕਿੰਨੇ ਕ ਬਰਬਾਦ ਬਹੁਤ ਕੀਤੇ ਆ ਇਹ ਜਿਹੜੀ ਹੁਣ ਰਿਪੋਰਟ ਆਈ ਆ ਇਹਨੇ ਦੱਸ ਦਿੱਤਾ ਕਿ ਪੰਜਾਬ ਦੇ ਲੋਕ ਆ ਜਿਹੜੇ ਉਹਨਾਂ ਦਾ ਸਿਆਣਪ ਨਾਲ ਕੋਈ ਸਬੰਧ ਨਹੀਂ ਅਸੀਂ ਗੁਰੂ ਦੇ ਵੀ ਗद्दार ਆ ਅਸੀਂ ਪੰਜਾਬੀ ਉਦਾਂ ਵੀ ਗਦਾਰੀ ਦੇ ਰਾਹ ਦੇ ਉੱਤੇ ਤੁਰੇ ਹੋਏ ਆ ਜਿਹੜਾ ਬੰਦਾ ਗੁਰੂ ਦਾ ਨਹੀਂ ਜਿਹੜਾ ਬੱਦਾ ਪੜਦਾ ਤਾਂ ਹੈ ਪਵਨਗੁਰੂ ਪਾਣੀ ਪਿਤਾ ਵੀ ਯਾਨੀ ਕਿ ਪਾਣੀ ਮੇਰਾ ਪਿਤਾ ਹੈ ਪਿਤਾ ਸਮਾਨ ਹੈ ਤੇ ਸਿਤਾਬ ਦਾ ਪਿਓ ਹੀ ਮਾਰਤਾ ਅਸੀਂ ਆਪਦੇ ਬਾਪ ਦੇ ਕਾਤਲ ਹਾਂ ਇਹ ਗੱਲ ਅਸੀਂ ਸੋਚਦੇ ਨਹੀਂ ਸਮਝਦੇ ਨਹੀਂ ਵਿਚਾਰਦੇ ਨਹੀਂ ਸੈਂਟਰਲ ਗਰਾਊਂਡ ਬੋਰਡ ਦੀ ਰਿਪੋਰਟ ਆਈ ਹੈ ਵਾਟਰ ਬੋਰਡ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਥਿਤੀ ਬੜੀ ਚਿੰਤਾਜਨਕ ਬਣੀ ਪਈ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਪੰਜਾਬ ਦੇ ਵਿੱਚ ਇਸ ਵੇਲੇ ਸੁਹਿਰਦ ਲੋਕਾਂ ਦੀ ਘਾਟ ਹੈ ਪੰਜਾਬ ਦੇ ਵਿੱਚ 2000 ਤੇ 39 ਤੱਕ ਪਾਣੀ ਦਾ ਪੱਧਰ ਇਸ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਵਿੱਚ 2039 ਤੱਕ ਪਾਣੀ ਦਾ ਪੱਧਰ 1000 ਫੁੱਟ ਤੱਕ ਪਹੁੰਚ ਜਾਣਾ ਤੇ ਜਦੋਂ ਇਹ 1000 ਫੁੱਟ ਤੱਕ ਪਹੁੰਚ ਗਿਆ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਪਾਣੀ ਦੇ ਮਾਮਲੇ ਦੇ ਵਿੱਚ ਬਣੂਗਾ ਕਿ ਸੋਚਣਾ ਵਿਚਾਰਨਾ ਬਣਦਾ ਇਹ ਰਿਪੋਰਟ ਇਹ ਗੱਲ ਕਹਿੰਦੀ ਹੈ ਜਿਹੜੀ ਕਿ ਇਸ ਵੇਲੇ ਆਈ ਜੀ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਆ ਜਿਹੜੀ ਉਦੇ ਅਧਿਐਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ 450 ਫੁੱਟ ਤੱਕ ਹੈ ਇਹ 2349 ਯਾਨੀ ਕਿ ਲਗਭਗ 15 ਵਰ੍ਹਿਆਂ ਬਾਅਦ 1000 ਫੁੱਟ ਤੱਕ ਪਾਣੀ ਦਾ ਪੱਧਰ ਪਹੁੰਚ ਜਾਣਾ ਪੰਜਾਬ ਦਾ 78 ਫੀਸਦੀ ਹਿੱਸਾ ਇਸ ਵੇਲੇ ਡਾਰਕ ਜ਼ੋਨ ਬਣ ਗਿਆ ਸਿਰਫ 11.3 ਫੀਸਦੀ ਖੇਤਰੀ ਸੁਰੱਖਿਤ ਹੈ ਸੋ ਪੰਜਾਂ ਦਰਿਆਵਾਂ ਦੀ ਧਰਤੀ ਦਾ ਵਜੂਦ ਬਿਲਕੁਲ ਖਤਮ ਹੋਣ ਦੇ ਕੰਨੇ ਤੇ ਆ ਤonnageਤੇ ਹੋਣਾ ਕੁਝ ਕੁ ਸਮਾਂ ਪਹਿਲਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬੋਰਡ ਦੀ ਨਿਗਰਾਨੀ ਕਮੇਟੀ ਨੇ ਵੀ ਇੱਕ ਐਲਾਨ ਕੀਤਾ ਸੀ ਕਿ 239 ਤੱਕ ਪੰਜਾਬ ਦਾ ਧਰਤੀ ਹੇਠਲਾ ਪਾਣੀ 300 ਮੀਟਰ ਤੋਂ ਹੇਠਾਂ ਚਲਾ ਜਾਣਾ 2000 ਸਾਲ ਦੇ ਵਿੱਚ ਸੂਬੇ ਦੇ ਵਿੱਚ ਪੰਜਾਬ ਦੀ ਧਰਤੀ ਹੇਠਾਂ ਪਾਣੀ 110 ਫੁੱਟ ਦੇ ਉੱਤੇ ਮੌਜੂਦ ਸੀ ਤੇ ਦੋ ਤਹਾਕਿਆਂ ਬਾਅਦ ਇਹ ਹੁਣ 450 ਫੁੱਟ ਤੱਕ ਪਹੁੰਚ ਗਿਆ ਪੰਜਾਬ ਦੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਬਾਰੇ ਰਿਪੋਰਟ ਆਈ ਹੈ ਇਹਦੇ ਵਿੱਚ ਬਰਨਾਲਾ ਬਠਿੰਡਾ ਫਤਿਹਗੜ ਸਾਹਿਬ ਹੁਸ਼ਿਆਰਪੁਰ ਜਲੰਧਰ ਮੋਗਾ ਐਸਐਸ ਨਗਰਜੀ ਨੂੰ ਮੁਹਾਲੀ ਕਹਨੇ ਆ ਪਠਾਨਕੋਟ ਪਟਿਆਲਾ ਤੇ ਸੰਗਰੂਰ ਸਭ ਤੋਂ ਵੱਧ ਪ੍ਰਭਾਵ ਤੇ ਇਲਾਕੇ ਦੱਸੇ ਗਏ ਆ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਦੀ ਗ੍ਰਾਵਿਟ ਔਸਤ ਸਾਲਾਨਾ ਦਹਰਾ ਜਿਹੜੀ ਉਹ 0.49 ਮੀਟਰ ਹੋਣ ਦਾ ਅੰਦਾਜ਼ਾ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਵੱਲੋਂ 2020 ਦੇ ਵਿੱਚ ਕੀਤੇ ਗਏ ਬਲਾਕਵਰ ਭੂਮੀਗਤ ਜਲ ਸਰੋਤ ਮਲੰਕਣ ਮੁਤਾਬਕ ਮੁਖਸਰ ਜ਼ਿਲ੍ਹੇ ਨੂੰ ਛੱਡ ਕੇ ਮਾਲਵਾ ਖੇਤਰ ਦੇ ਸਾਰੇ 14 ਜ਼ਿਲ੍ਹਿਆਂ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਵੱਡੇ ਪੱਧਰ ਤੇ ਉਤੇ ਨਿਕਾਸ ਹੋਇਆ ਨਿਕਾਸੀ ਹੋਈ ਆ ਇਹਦੇ ਵਿੱਚ ਸੰਗਰੂਰ ਮਲੇਰਕੋਟਲਾ ਤੇ ਬਰਨਾਲਾ ਜ਼ਿਲ੍ਹਿਆਂ ਦੇ 75 ਪਿੰਡ ਵੀ ਸ਼ਾਮਲ ਹੈਗੇ ਆ ਇਹ ਇੱਕ ਰਿਪੋਰਟ ਆ ਇਸ ਰਿਪੋਰਟ ਦੇ ਹੋਰ ਗੰਭੀਰ ਨਤੀਜੇ ਕੀ ਆਉਣਗੇ ਇਹਦੇ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ ਸੋ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਰਬਾਦ ਕਰਤਾ ਗੁਰੂ ਵਾਲੇ ਹੀ ਪੰਜਾਬ ਨੂੰ ਲੈ ਡੁੱਬੇ ਆ ਇਸ ਰਿਪੋਰਟ ਨੂੰ ਪੜ ਕੇ ਤਾਂ ਮੈਨੂੰ ਇਉਂ ਲੱਗਦਾ ਅੱਜ ਅਸੀਂ ਧੂਏ ਦੇ ਮਾਮਲੇ ਤੇ ਲਾਂਭੇ ਦੇ ਹੀ ਜਾਂਨੇ ਆ ਅੱਜ ਅਸੀਂ ਪਾਣੀ ਦੇ ਮਾਮਲੇ ਤੇ ਲਾਂਭੇ ਦੇ ਹੀ ਜਾਂਨੇ ਆ ਦਰਖਤ ਲਾਉਣ ਤੇ ਦਰਖਤ ਵਧਣ ਦੇ ਨਾਂ ਦੇ ਉੱਤੇ ਲਾਂਭੇ ਦੇ ਹੀ ਜਾਂਨੇ ਆ ਜੰਗਲਾਂ ਬੇਲਿਆਂ ਦਾ ਪੰਜਾਬ ਆ ਜਿਹੜਾ ਉਹ ਕਿੱਥੋਂ ਕਿੱਥੇ ਪਹੁੰਚ ਗਿਆ ਇਹਦੀ ਗੱਲ ਅਸੀਂ ਕਰਦੇ ਆ ਪਰ ਸੋਚਦੇ ਨਹੀਂ ਮੈਂ ਇਕੱਲੇ ਇਕੱਲੇ ਬੰਦੇ ਨੂੰ ਇੱਕ ਸਵਾਲ ਕਰਨਾ ਚਾਹੁੰਨਾ ਵੀ ਉਹਨਾਂ ਨੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਕੀ ਕੀਤਾ ਕੀ ਆ ਤਦ ਕੀ ਪੰਜਾਬ ਦਾ ਪਾਣੀ ਇਵੇਂ ਬਚ ਸਕਦਾ ਸੀ ਕਿ ਨਹੀਂ ਬਚ ਸਕਦਾ ਸੀ ਕੱਲੇ-ਕੱਲੇ ਬੰਦੇ ਨੇ ਪੰਜਾਬ ਦੇ ਪਾਣੀ ਨੂੰ ਕਿੰਨਾ ਬਰਬਾਦ ਕੀਤਾ ਕੱਲੇ-ਕੱਲੇ ਬੰਦੇ ਨੇ ਪੰਜਾਬ ਦੇ ਪਾਣੀ ਦਾ ਨੁਕਸਾਨ ਕਰਨ ਦੇ ਵਿੱਚ ਕੀ ਕੁਝ ਕੀਤਾ ਸੋ ਸੋਚਣ ਵਿਚਾਰਨ ਸਮਝਣ ਵਾਲੀ ਗੱਲ ਹੈ ਵੀ ਪੰਜਾਬ ਦੀ ਬਰਬਾਦੀ ਦੇ ਲਈ ਕੱਲੇ ਰਾਜਨੀਤਿਕ ਲੋਕ ਜ਼ਿੰਮੇਵਾਰ ਆ ਜਾਂ ਅਸੀਂ ਤੁਸੀਂ ਸਾਰੇ ਜ਼ਿੰਮੇਵਾਰ ਹਾਂ ਸੋ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਪੰਜਾਬ ਦੀ ਜ਼ਿੰਦਗੀ ਹੈ ਜਿਹੜੀ ਉਹ ਬਰਬਾਦ ਹੋ ਰਹੀ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੜਾ ਸਾਹਿਬ ਲੋਕਾਂ ਨੂੰ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਕਿਉਂਕਿ ਪਾਣੀ ਵੀ ਲੋਕਾਂ ਨੇ ਹੀ ਵਰਤਣਾ ਹੈ ਖੈਰ ਅੱਗੇ ਵੱਧਦੇ ਗੱਲ ਕਰਦੇ ਆਂ ਪੰਜਾਬ ਤੇ ਮੌਸਮ ਦੇ ਨਾਲ ਜੁੜੀ ਹੋਈ ਕਹਿੰਦੇ ਧੁੰਦ ਦਾ ਕਰਕੇ ਪੰਜਾਬ ਚ ਰੇਲਾਂ ਜਿਹੜੀਆਂ ਨੇ ਉਹ ਰੱਦ ਹੋ ਗਈਆਂ ਨੇ ਕਈ ਮਹੀਨੇ ਬੰਦ ਰਹਿਣਗੀਆਂ ਜੀ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੱਥੇ ਕਿ ਸਿਆਲਾਂ ਦੇ ਕਰਕੇ ਧੁੰਦ ਦਾ سلسلہ ਬੜੇ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ ਉੱਥੇ-ਉੱਥੇ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਰੇਲਗੱਡੀਆਂ ਜਿਹੜੀਆਂ ਉਹ ਰੱਦ ਹੋ ਗਈਆਂ ਜਾਂ ਹੋ ਰਹੀਆਂ ਕਿਉਂਕਿ ਪਤਾ ਲੱਗਾ ਜੀ ਕਿ ਅਗਲੇ ਮਹੀਨੇ ਤੋਂ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਸਿਲਸਲਾ ਸ਼ੁਰੂ ਹੋ ਜਾਣਾ ਕਿਸੇ ਥਾਂ ਦੇ ਉੱਤੇ ਫਰਵਰੀ ਮਹੀਨੇ ਤੱਕ ਕਿਸੇ ਥਾਂ ਦੇ ਉੱਤੇ ਮਾਰਚ ਮਹੀਨੇ ਤੱਕ ਲਗਾਤਾਰ ਰੇਲ ਗੱਡੀਆਂ ਰੱਦ ਰਹਿਣੀਆਂ ਆ ਮੇਰੇ ਕੋਲ ਇੱਕ ਰਿਪੋਰਟ ਆ ਉਹਦਾ ਮੈਂ ਥੋੜਾ ਜਿਹਾ ਤੁਹਾਨੂੰ ਸੰਖੇਪ ਦੇ ਵਿੱਚ ਮੇਰੇ ਵਾਸਤੇ ਸਾਂਝਾ ਕਰ ਦਿੰਨਾ 26 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਰੇਲ ਵਿਭਾਗ ਦੇ ਵੱਲੋਂ ਧੁੰਦ ਦੇ ਕਰਕੇ ਇਹ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਰੱਦ ਕੀਤੀਆਂ ਜਾਣਗੀਆਂ ਜਿਦੇ ਵਿੱਚ ਬਣਮੁਖੀ ਤੋਂ ਅੰਮ੍ਰਿਤਸਰ ਤੱਕ 3 ਦਸੰਬਰ ਤੋਂ ਲੈ ਕੇ 2 ਮਾਰਚ ਤੱਕ ਰੇਲ ਗੱਡੀ ਰੱਦ ਰਹਿਣੀ ਹੈ ਅਮਰਸਰ ਤੋਂ ਬਨਮੁਖੀ 1 ਦਸੰਬਰ ਤੋਂ ਲੈ ਕੇ ਤੇ 29 ਫਰਵਰੀ ਤੱਕ ਰੱਦ ਰਹਿਣੀ ਹੈ। ਚੰਡੀਗੜ੍ਹ ਅਮਰਸਰ ਨੂੰ 1 ਦਸੰਬਰ ਤੋਂ 29 ਫਰਵਰੀ ਤੱਕ ਅਮਰਸਰ ਚੰਡੀਗੜ੍ਹ ਜਿਹਨੂੰ ਅਸੀਂ ਗੱਡੀ ਨੰਬਰ 12242 ਕਹਿੰਦੇ ਆ ਇਹ 2 ਦਸੰਬਰ ਤੋਂ 3 ਮਾਰਚ ਤੱਕ ਜੰਮੂ ਤਵੀ ਯੋਗ ਨਗਰੀ ਰਿਸ਼ੀਕੇਸ਼ ਜਿਹਨੂੰ ਅਸੀਂ 14606 ਨੰਬਰ ਕਹਿੰਦੇ ਆ 4 ਦਸੰਬਰ ਤੋਂ ਲੈ ਕੇ ਤੇ 26 ਫਰਵਰੀ ਤੱਕ ਅਮਰਸਰ ਲਖਨਊ ਜਿਨ੍ਹਾਂ ਸੀ 14616 ਨੰਬਰ ਕੱਡੀ ਕਹਿੰਦੇ ਆ ਇਹ 2 ਦਸੰਬਰ ਤੋਂ ਲੈ ਕੇ ਤੇ 24 ਫਰਵਰੀ ਤੱਕ ਰੇਲ ਗੱਡੀ ਰੱਦ ਰਹਿਣੀ ਆ ਸੋ ਭਾਈ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਲਗਾਤਾਰ ਵੱਧ ਰਿਹਾ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਦੇ ਕਰਕੇ ਹਾਦਸੇ ਦਰ ਹਾਦਸੇ ਵਾਪਰ ਰਹੇ ਆ ਸਾਨੂੰ ਸਭ ਨੂੰ ਹੀ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਇਸ ਵੇਲੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਇਸ ਧੁੰਦ ਦੇ ਕਰਕੇ ਹਾਦਸੇ ਵੀ ਬਹੁਤ ਵਾਪਰਦੇ ਆ ਆਓ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦਾ ਖਿਆਲ ਕਰਗੇ ਜੀ ਬਿਲਕੁਲ ਸਹੀ ਕਹਿ ਤੁਸੀਂ ਟਹਿਣਾ ਸਾਹਿਬ ਅੱਗੇ ਬਾਤਾਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਕਹਿੰਦੇ ਆ ਕਿ ਇਹਨਾਂ ਦੀ ਰਿਹਾਈ ਦੇ ਲਈ ਵਫਦ ਜਿਹੜਾ ਹੈ ਉਹ ਰਾਜਪਾਲ ਦੇ ਕੋਲ ਪਹੁੰਚਿਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਵੱਸਦੇ ਆ ਕਿ ਬੰਦੀ ਸਿੰਘਾਂ ਨੇ ਮੁੱਦੇ ਦੇ ਉੱਤੇ ਇਨਸਾਫ ਹੋਵੇ ਜਿਹੜਾ ਕਿ ਕਦੇ ਹੋਇਆ ਨਹੀਂ ਪਤਾ ਨਹੀਂ ਕਦੋਂ ਹੋਣਾ ਸਾਨੂੰ ਇਸ ਗੱਲ ਦਾ ਈ ਵੀ ਨਹੀਂ ਇਲਮ ਪਰ ਗੱਲ ਇਹ ਆ ਵੀ ਇਨਸਾਫ ਮਿਲਣਾ ਚਾਹੀਦਾ ਬਹੁਤ ਮਹੱਤਵਪੂਰਨ ਗੱਲ ਹੈ ਵੀ ਭਾਈ ਰਾਜਨੀਤੀ ਹਰ ਚੋਣ ਦੇ ਮੌਕੇ ਹੁੰਦੀ ਆ ਭਾਵੇਂ ਵਿਧਾਨ ਸਭਾ ਦੀ ਚੋਣ ਹੋਵੇ ਤੇ ਭਾਵੇਂ ਲੋਕ ਸਭਾ ਦੀ ਹੁਣ ਵੀ ਇਹੀ ਕੁਝ ਹੋ ਰਿਹਾ ਤੇ ਮੇਰਾ ਖਿਆਲ ਆ ਵੀ ਇਹੀ ਕੁਝ ਵਧੇ ਜਾਣਾ ਪਰ ਇਹ ਪਤਾ ਲੱਗਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਆ ਜਿਹੜਾ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਸਾਹਿਬ ਨੂੰ ਮਿਲ ਕੇ ਆਇਆ 26 ਲੱਖ ਲੋਕਾਂ ਦੀ ਦਸਤਕਤੀ ਮੁਹਿੰਮ ਵਾਲੀ ਜਿਹੜੀ ਇੱਕ ਫਾਈਲ ਆ ਉਹ ਕਹਿੰਦੇ ਜੀ ਉਹਨਾਂ ਨੇ ਰਾਜਪਾਲ ਸਾਹਿਬ ਨੂੰ ਸੌਂਪੀ ਆ ਇਹ ਇਹ ਗੱਲ ਕਹੀ ਹੈ ਕਿ ਭਾਈ ਰਾਜਪਾਲ ਸਾਹਿਬ ਰਾਸ਼ਟਰਪਤੀ ਦੇ ਨਾਲ ਇਸ ਮੁੱਦੇ ਤੇ ਗੱਲ ਕਰਨ ਕਿ 30-30 ਸਾਲ ਤੋਂ ਬੰਦੀ ਸਿੰਘ ਜੇਲਾਂ ਦੇ ਵਿੱਚ ਬੈਠੇ ਆ ਜਿੰਦਗੀ ਦਾ 30-30 ਸਾਲ ਦਾ ਸਮਾਂ ਜਿਹੜਾ ਉਹਨਾਂ ਨੇ ਜੇਲਾਂ ਦੇ ਵਿੱਚ گزار ਲਿਆ ਜੋ-ਜੋ ਸਜ਼ਾ ਉਹਨਾਂ ਨੂੰ ਮਾਣਯੋਗ ਅਦਾਲਤ ਨੇ ਸੁਣਾਈ ਸੀ ਉਹ ਉਹਨਾਂ ਦੀ ਪੂਰੀ ਹੋ ਚੁੱਕੀ ਹੈ ਪਰ ਉਹਨਾਂ ਨੂੰ ਫੇਰ ਵੀ ਨਹੀਂ ਜੇਲ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਦਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਨੌ ਬੰਦੀ ਸਿੰਘਾਂ ਦੇ ਬਤਲਕ ਪਤਾ ਲੱਗਾ ਜੀ ਕਿ ਸ਼੍ਰੋਮਣੀ ਕਮੇਟੀ ਦਾ ਵਫਦਰ ਰਾਜਪਾਲ ਸਾਹਿਬ ਨੂੰ ਮਿਲ ਕੇ ਆਇਆ ਤੁਹਾਨੂੰ ਚੇਤੇ ਹੋਣਾ ਵੀ ਪੰਜਾਬ ਦੇ ਵਿੱਚ ਲੰਮਾ ਸਮਾਂ ਕਈ ਮਹੀਨੇ ਯਾਨੀ ਕਿ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦਸਤਖਤੀ ਮੁਹੰਮਾ ਜਿਹੜੀ ਵੱਖ-ਵੱਖ ਜਨਤਕ ਥਾਵਾਂ ਦੇ ਉੱਤੇ ਜਾਂ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਚੱਲਦੀ ਰਹੀ ਹੈ ਉਹਦੇ ਵਿੱਚ ਪਤਾ ਲੱਗਾ ਜੀ ਲਗਭਗ 26 ਲੱਖ ਲੋਕਾਂ ਦੇ ਵੱਲੋਂ ਸਾਈਨ ਕੀਤੇ ਗਏ ਆ ਸੋ ਵੇਖਦੇ ਆ ਭਾਈ ਰਾਜਪਾਲ ਸਾਹਿਬ ਰਾਸ਼ਟਰਪਤੀ ਸਾਹਿਬ ਤੱਕ ਕੀ ਸੁਨੇਹਾ ਪਹੁੰਚਾਉਂਦੇ ਆ ਕੀ ਚੋਣਾਂ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਬਤ ਕੋਈ ਵੇਰ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਹੁਣ ਗੱਲ ਕਰਦੇ ਆਂ ਕੱਚੇ ਮੁਲਾਜ਼ਮਾਂ ਦੀ ਕਹਿੰਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਮੁੱਖ ਮੰਤਰੀ ਸਾਹਿਬ ਦੀ ਰਿਹائش ਦੇ ਮੋਰੇ ਪ੍ਰਦਰਸ਼ਨ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਬੜੀ ਮਹੱਤਵਪੂਰਨ ਗੱਲ ਹੈ ਜੀ ਕਿ ਸੰਗਰੂਰ ਦੇ ਵਿੱਚ ਸੀਐਮ ਸਾਹਿਬ ਦੀ ਰਿਹائش ਦੇ ਮੋਰੇ ਜਾ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਉੱਥੇ ਲਾਠੀ ਚਾਰਜ ਵੀ ਹੋਇਆ ਸੀਐਮ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਰਿਹائش ਸੰਗਰੂਰ ਦੇ ਮੋਰੇ ਜਾ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਕੱਚੇ ਮੁਲਾਜ਼ਮਾਂ ਨੇ ਸਾਨੂੰ ਪੱਕੇ ਕਰੋ ਤੇ ਉਹਨਾਂ ਨੇ ਮੰਗ ਗੈਰਵਾਜਬ ਨਹੀਂ ਜੇ ਆਪਣੇ ਮੁੱਖ ਮੰਤਰੀ ਤੋਂ ਮੰਗਦਾ ਕੀਤੀ ਤੇ ਹੋਰ ਕਿਹਦੇ ਕੋਲੋਂ ਕਰਨੀ ਆ ਜਦੋਂ ਕਾਂਗਰਸ ਦੀ ਸਰਕਾਰ ਸੀ ਇਹੀ ਆਮ ਆदमी ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ ਤੇ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਗੱਲ ਕਹਿੰਦੇ ਹੁੰਦੇ ਸੀ ਕਿ ਜਿਨ੍ਹਾਂ ਦੇ ਕੱਚਿਆਂ ਦੇ ਉੱਤੇ ਡਾਂਗ ਵਰਦੀ ਆ ਤੇ ਭਾਈ ਕਸੂਰ ਕੀ ਇਹਨਾਂ ਵਿਚਾਰਿਆਂ ਦਾ ਤੇ ਅੱਜ ਵੀ ਉਹਨਾਂ ਦਾ ਕੀ ਕਸੂਰ ਆ ਅੱਜ ਆਮ ਆਦਮੀ ਪਾਰਟੀ ਨੇ ਸਰਕਾਰ ਆ ਕਰ ਲਓ ਪੱਕੇ ਸਾਰੇ ਫਿਰ ਸੋ ਕੱਲ ਡਾਂਗ ਵਰਹੀ ਆ ਚੰਗੀਆਂ-ਦਿੰਗਾਂ ਪੱਗਾਂ ਲੱਥੀਆਂ ਚੀਕ ਚਹਾੜਾ ਸੁਣਨ ਨੂੰ ਮਿਲਿਆ ਮੀਡੀਆ ਵਿੱਚ ਰਿਪੋਰਟਾਂ ਆਈਆਂ ਕਈ ਰਿਪੋਰਟਰ ਰੋਕ ਲਈਆਂ ਗਈਆਂ ਪਰ ਦੁੱਖ ਹੋਇਆ ਇਸ ਗੱਲ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਜੀ ਜੀ ਬਿਲਕੁਲ ਸਹੀ ਕਹਿਣਾ ਸਾਹਿਬ ਉਧਰ ਇੱਕ ਬਹੁਤ ਹੀ ਦੁਖਦਾਇਕ ਖਬਰ ਵੀ ਸਾਹਮਣੇ ਆਈ ਹੈ ਮੋਟਰਸਾਈਕਲਾਂ ਦੀ ਟੱਕਰ ਦੇ ਵਿੱਚ ਕਹਿੰਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਬਰਨਾਲੇ ਦੇ ਵੱਲੋਂ ਖਬਰ ਆਈ ਹੈ ਮੈਂ ਅੱਗੇ ਵੀ ਗੱਲ ਕਹਿਣਾ ਹੁਣਾ ਜੀ ਕਿ ਸੜਕਾਂ ਦੇ ਉੱਤੇ ਬਚ ਕੇ ਚੱਲਣਾ ਚਾਹੀਦਾ ਸੜਕਾਂ ਦੇ ਉੱਤੇ ਡਰ ਕੇ ਚੱਲਣਾ ਚਾਹੀਦਾ ਡਰਾ ਕੇ ਨਹੀਂ ਨਾਲੇ ਜਿਹੋ ਜਿਹੀਆਂ ਭਾਰਤ ਦੀਆਂ ਸੜਕਾਂ ਡਰਾਉਣਾ ਚਾਹੀਦਾ ਨਹੀਂ ਡਰਨਾ ਹੀ ਚਾਹੀਦਾ ਹਮੇਸ਼ਾ ਪਰ ਕਈ ਵਾਰੀ ਅਲੜ ਉਮਰ ਦੇ ਵਿੱਚ ਕਈ ਵਾਰੀ ਕੋਈ ਨਸ਼ੇ ਪੱਤੇ ਦੇ ਵਿੱਚ ਕਈ ਵਾਰ ਕੋਈ ਕਲਾਬਾਜ਼ੀਆਂ ਦਿਖਾਉਣ ਦੇ ਚੱਕਰ ਦੇ ਵਿੱਚ ਕਈ ਵਾਰ ਕੋਈ ਅਨਜਾਨਤਾ ਦੇ ਚੱਕਰ ਦੇ ਵਿੱਚ ਗੱਡੀਆਂ ਦੇ ਹਾਰਸੇ ਕਰ ਬੈਂਦਾ ਆਪ ਸਹੀ ਉਹ ਤਾਂ ਕਈ ਵਾਰੀ ਦੂਜਾ ਗਲਤ ਹੁੰਦਾ ਜ਼ਰੂਰੀ ਨਹੀਂ ਕਿ ਹਰ ਵਾਰ ਇੱਕ ਤੇਰੀ ਗਲਤ ਹੋਵੇ ਦੂਜੀ ਤਰ ਵੀ ਕਈ ਵਾਰ ਗਲਤ ਹੁੰਦੀ ਆ ਬਰਨਾਲੇ ਦੇ ਵੱਲ ਇੱਥੇ ਮੋਟਰਸਾਈਕਲਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਇਸ ਟੱਕਰ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਪਤਾ ਲੱਗਾ ਵੀ ਇੱਥੇ ਆਹਮੋ ਸਾਹਮਣੇ ਮੋਟਰਸਾਈਕਲਾਂ ਦੀ ਟੱਕਰ ਹੋਈ ਹੈ ਤੇ ਟਿਊਸ਼ਨ ਪੜਨ ਜਾਂਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਆ ਮੈਂ ਤਿੰਨਾਂ ਦੇਆਂ ਫੋਟੋਆਂ ਦੇਖ ਕੇ ਤੇ ਬੜਾ ਭਾਵੁਕ ਹੋਇਆ ਕਿਉਂਕਿ ਤਿੰਨੇ ਬੱਚੇ ਬੜੇ ਅਲੂਏ ਜੇ ਆ ਬੜੇ ਨਾਜ਼ੁਕ ਜੀ ਉਮਰ ਦੇ ਆ ਬੜੀ ਅਲੱਗ ਅਲੱਗ ਉਮਰ ਦੇ ਆ ਸੋ ਸਮਝ ਸਕਦੇ ਆ ਕਿ ਭਾਈ ਉਹਨਾਂ ਦਾ ਕਸੂਰ ਕੋਈ ਨਹੀਂ ਸੀਗਾ ਪਰ ਉਹ ਅਚਾਨਕ ਹੀ ਜ਼ਿੰਦਗੀ ਦੀ ਉਹਨਾਂ ਦੀ ਖਤਮਾ ਹੋ ਗਿਆ ਸੋ ਉਹਨਾਂ ਦੇ ਘਰਾਂ ਦੇ ਵਿੱਚ 70 ਵਿੱਚ ਗਏ ਉਮਰ ਭਰ ਦੇ ਲਈ ਸੋ ਦੁੱਖ ਹੋਇਆ ਜੀ ਇਸ ਗੱਲ ਦੇ ਉੱਤੇ ਜੀ ਬਿਲਕੁਲ ਟਾਣਾ ਸਾਹਿਬ ਤੁਸੀਂ ਸਹੀ ਕਿਹਾ ਕਿ ਬਹੁਤ ਦੁੱਖ ਹੋਇਆ ਇਸ ਗੱਲ ਦੇ ਉੱਪਰ ਪਰ ਸੜਕੀ ਨਿਯਮਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਜਦੋਂ ਸੜਕਾਂ ਦੀ ਗੱਲ ਕਰਦੇ ਆ ਐਵੇਂ ਨਹੀਂ ਪੰਜਾਬ ਦੀਆਂ ਸੜਕਾਂ ਨੂੰ ਬੰਦੇ ਖਾਣੀਆਂ ਕਿਹਾ ਜਾਂਦਾ ਇਹ ਹਰ ਰੋਜ਼ ਦੀਆਂ ਹੀ ਖਬਰਾਂ ਨੇ ਟਾਣਾ ਸਾਹਿਬ ਨਾ ਤਾਂ ਲੋਕ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਪਛਾਣਦੇ ਨੇ ਤੇ ਨਾ ਹੀ ਜਿਹੜੇ ਨਿ ਉਹਨਾਂ ਨੂੰ ਫੋਲੋ ਕੀਤਾ ਜਾਂਦਾ ਤੇ ਨਾ ਹੀ ਜਿਹੜੀਆਂ ਸੜਕਾਂ ਨੇ ਉਹਨਾਂ ਦੀ ਕੁਆਲਿਟੀ ਚੰਗੀ ਹੈ ਕਿਉਂ ਨਹੀਂ ਸਰਕਾਰਾਂ ਇਸ ਬਾਬਤ ਕੁਝ ਵੀ ਸੋਚਦੀ ਹੈ ਦੇਖੋ ਕੱਲੀਆਂ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ ਲੋਕਾਂ ਨੂੰ ਵੀ ਸੋਚਣਾ ਪਊਗਾ ਜਿਹੜੇ ਜਿਹੜੇ ਦੇਸ਼ਾਂ ਦੇ ਵਿੱਚ ਅਸੀਂ ਇਹ ਗੱਲ ਕਹਿੰਨੇ ਕਿ ਸੜਕੀ ਨਿਯਮ ਵਧੀਆ ਉਥੇ ਕਾਨੂੰਨ ਵੀ ਬਣਾਏ ਗਏ ਤੇ ਲੋਕ ਕਾਨੂੰਨ ਦਾ ਪਾਲਣ ਵੀ ਕਰਦੇ ਤੇ ਕਾਨੂੰਨ ਦਾ ਪਾਲਣ ਕੱਲਾ ਛਤਰਲੇ ਡਰ ਕਰਕੇ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਆਮ ਲੋਕ ਸਰਕਾਰਾਂ ਨੂੰ ਦੋਸ਼ ਮੜ ਦਿੰਦੇ ਹੈ ਸਰਕਾਰ ਲੋਕਾਂ ਨੂੰ ਗਲਤ ਕਹਿ ਦਿੰਦੀ ਹੈ ਤੇ ਮਸਲਾ ਓਡੇ ਦਾ ਓਡਾ ਇੱਥੇ ਸੜਕਾਂ ਨਹੀਂ ਚੰਗੀਆਂ ਇਹ ਵੀ ਗੱਲ ਸੱਚੀ ਹੈ ਇਥੇ ਸਖਤ ਜੁਰਮਾਨੇ ਨੇ ਹੁੰਦੇ ਇਹ ਵੀ ਗੱਲ ਸੱਚੀ ਆ ਪਰ ਕੀ ਅਸੀਂ ਜੁਰਮਾਨੇ ਦੇ ਡਰ ਤੋਂ ਹੀ ਇਹ ਗੱਲ ਕਹਿਣੀ ਵੀ ਭਾਈ ਚਲੋ ਕੋਈ ਨਹੀਂ ਸੜਕ ਦੇ ਨਿਯਮਾਂ ਦਾ ਪਾਲਣ ਕਰ ਲੈਨੇ ਆ ਉਦਾਂ ਵੀ ਸਾਡੇ ਫਰਜ਼ ਬਣਦੇ ਆ ਸੋ ਆਪਾਂ ਆਪਦੇ ਫਰਜ਼ ਵੀ ਪਛਾਣਨੇ ਸ਼ੁਰੂ ਕਰ ਗਏ ਸਰਕਾਰਾਂ ਗਲਤ ਹਨ ਵਿਭਾਗ ਗਲਤ ਹਨ ਇਹ ਤਾਂ ਗੱਲ ਸੱਚੀ ਆ ਪਰ ਚੰਗੇ ਅਸੀਂ ਵੀ ਨਹੀਂ ਹਰ ਤਾਂ ਤੇ ਸਹੀ ਅਸੀਂ ਵੀ ਨਹੀਂ ਸਾਨੂੰ ਇਸ ਗੱਲ ਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਦੇਖਦੇ ਭਾਈ ਪੰਜਾਬ ਦੇ ਲੋਕ ਆਪਣੀ ਜ਼ਿੰਦਗੀ ਦਾ ਮੈਂ ਦੂਜੇ ਦੀ ਜ਼ਿੰਦਗੀ ਦੀ ਗੱਲ ਨਹੀਂ ਕਰਦਾ ਹਾਲੇ ਪਹਿਲਾਂ ਪੰਜਾਬ ਦੇ ਲੋਕ ਆਪਣੀ ਜ਼ਿੰਦਗੀ ਦਾ ਫਿਕਰ ਕਰਨਾ ਸ਼ੁਰੂ ਕਰਨ ਫੇਰ ਅਸੀਂ ਦੂਜੇ ਦੀ ਜ਼ਿੰਦਗੀ ਦੀ ਵੀ ਕੀਮਤ ਸਮਝਾਂਗੇ ਸੋ ਦੇਖਦੇ ਪਾਈਏ ਕਦੋਂ ਸਿਹਰਤਾ ਆਉਂਦੀ ਹੈ ਕਦੋਂ ਸਾਡੇ ਅੰਦਰ ਸਿਆਣਪ ਆਵਾਸ ਕਰਦੀ ਹੈ ਜੀ ਬਿਲਕੁਲ ਕਹਣਾ ਸਾਹਿਬ ਅਕਸਰ ਆਪ ਇਹ ਗੱਲ ਕਰਦੇ ਹੁੰਦੇ ਆ ਕਿ ਜਿਹੜੇ ਸ਼ਹੀਦ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਜੋਗੇ ਹੋਏ ਆ ਉਹਨਾਂ ਸ਼ਹੀਦਾਂ ਨੂੰ ਅਫਸੋਸ ਦੀ ਗੱਲ ਹੈ ਕਿ ਹੁਣ ਸਿਰਫ ਦੋ ਹੀ ਦਿਨ ਚੇਤੇ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਜਾਂ ਉਹਨਾਂ ਦੇ ਜਨਮ ਦਿਹਾੜੇ ਦੇ ਉੱਪਰ ਤੇ ਕੱਲ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਸ਼ਹੀਦੀ ਦਿਹਾੜਾ ਨਿਕਲ ਕੇ ਗਿਆ ਜੀ ਤੇ ਫਿਰ ਸਿਆਸਤਦਾਨਾਂ ਦੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਬਿਲਕੁਲ ਜੀ ਬਿਲਕੁਲ ਸਿਆਸਤਦਾਨਾਂ ਦੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਉਹਨਾਂ ਦਾ ਕੱਲ ਸ਼ਹੀਦੀ ਦਿਹਾੜਾ ਸੀਗਾ ਤੇ ਲੁਧਿਆਣਾ ਦੇ ਵਿੱਚ ਸਾਈਕਲ ਰੈਲੀ ਕੱਢੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵੀ ਨਸ਼ਾ ਦੇ ਖਿਲਾਫ ਕੱਢੀ ਗਈ ਇਸ ਸਾਈਕਲ ਰੈਲੀ ਵਿੱਚ ਹਿੱਸਾ ਲਿਆ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਿੱਚ ਪੂਰਾ ਪੂਰਾ ਯੋਗਦਾਨ ਪਾਗੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਨੂੰ ਬਚਾਉਣਾ ਇਸ ਵੇਲੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਓ ਪੰਜਾਬੀ ਸਾਰੇ ਦੇ ਸਾਰੇ ਇਕੱਠੇ ਹੋ ਕੇ ਆਪਾਂ ਹੰਬੜਾ ਮਾਰਗੇ ਪੰਜਾਬ ਨੂੰ ਬਚਾਉਣ ਦੇ ਲਈ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਅਸੀਂ ਸਿਰਜਗੇ ਤੇ ਅਗਲੀ ਗੱਲ ਇਹ ਆ ਕਿ ਉਹਨਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿ ਹਰ ਸਾਲ ਅਸੀਂ 2200 ਦੇ ਕਰੀਬ ਪੂਰ ਸਮਲਾਦਮ ਪ੍ਰਤੀ ਕਰਿਆ ਕਰਾਂਗੀ ਉਹਨਾਂ ਦੀ ਇਹ ਗੱਲ ਮੈਨੂੰ ਚੰਗੀ ਇਸ ਕਰਕੇ ਲੱਗੀ ਵੀ ਪੰਜਾਬ ਦੀ ਜਵਾਨੀ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਦੇਖਦੇ ਭਾਈ ਕੀ ਬਣਦਾ ਪਰ ਸ਼ਹੀਦਾਂ ਦੇ ਸੁਪਣਿਆਂ ਦਾ ਸਮਾਜ ਸਿਰਜਿਆ ਜਾਵੇ ਸ਼ਹੀਦਾਂ ਦਾ ਅਸੀਂ ਸਤਿਕਾਰ ਕਰੀਏ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਅਸੀਂ ਕੁਝ ਨਾ ਕੁਝ ਸਿੱਖੀਏ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ